ਕਿੰਨੀਆਂ ਕੁ ਮਸਜਿਦਾਂ ਸੀ? ਮਸਜਿਦਾਂ ਦੇ 5-6 ਸੀਗੀਆਂ, 5-7 ਸੀਗੀਆਂ, 7 ਨੰਬਰ ਦਾ 7 ਮਸਜਿਦਾਂ ਬਣਾਈਆਂ ਸੀ। ਪੱਕੀਆਂ ਸੀ ਮਸਜਿਦਾਂ? ਪੱਕੀਆਂ। ਤੇ ਇੱਕ ਮਸਜਿਦ ਜਿਹੜੀ ਉਹ ਵੱਡੀ ਸੀ ਮੇਨ, ਜਿਹੜੀ ਅਬਦੁਲ ਅਜੀਜ਼ ਦੀ ਸੀ ਨਾ। ਅੱਛਾ। ਜਿੱਥੇ ਸਾਰੇ ਆਉਂਦੇ ਜਾਂਦੇ ਉੱਥੇ ਗਾੜੀ ਕਿਲਾ ਥਾਂ ਦਾ ਡੇਰਾ ਛੱਡਿਆ ਸੀਗਾ, ਤਖੀਆ ਬਣਾਇਆ ਸੀ ਜਾਣਿਆ, ਜੋ ਅਫਸਰ ਪੇਸ਼ਾ ਬਾਹਰੋਂ ਆਵੇ ਜਾਵੇ ਸਾਰੇ ਉਹਦੇ ਘੁੰਮਦੇ ਸੀ ਉੱਥੇ। ਤੇ ਉਹਨੂੰ ਵੱਡੀ ਮਸਜਿਦ ਕਹਿੰਦੇ, ਜਿਵੇਂ ਸਾਰੇ ਪਿੰਡ ਦਾ ਉੱਥੇ ਹੁੰਦਾ ਸੀ ਜਮਾ। ਉੱਥੇ ਜਮਾ ਨਹੀਂ, ਸਾਰੀਆਂ ਮਸਜਿਦਾਂ ਹੁੰਦਾ ਜਮਾ ਉੱਥੇ ਉਸ ਮਸਜਿਦ। ਜਮਾ ਇੱਕ ਮਸਜਿਦ ਚ ਹੁੰਦਾ ਸੀ, ਦਰਮਿਆਨ ਸੀ ਪਿੰਡ ਦਾ। ਅੱਛਾ। ਤੇ ਉਸ ਵਾਰ ਉਹ ਬੰਡਾ ਵੱਡੀ ਹੈਗੀ ਸੀ ਮਸਜਿਦ, ਦੋਵਾਂ ਤਿੰਨਾ ਕਿੰਨੀਆਂ ਚ ਵੱਡੀ ਖੁੱਲੀ ਮਸਜਿਦ, ਬਹੁਤ ਵੱਡੀ ਮਸਜਿਦ, ਬਾਦਸ਼ਾਹ ਮਸਜਿਦ। ਸਕੂਲ ਸਾਡਾ ਉਦੋਂ ਪੰਜਵੀਂ ਤੱਕ। ਤੁਸੀਂ ਜਾਂਦੇ ਰਹੇ ਪੜ੍ਹਨ? ਨਹੀਂ। ਤੁਸੀਂ ਨਹੀਂ ਗਏ? ਨਹੀਂ ਯਾਰ। ਤੂੰ ਮਾੜਾ ਕੋ ਯਾਦ ਹੋਵੇ ਸਕੂਲ ਕਿਹੜੇ ਪਾਸੇ ਸੀ ਪਿੰਡ ਦੇ? ਵੱਡੀ ਮਸਜਿਦ ਦੇ ਕਰੀਬ, ਵੱਡੀ ਮਸਜਿਦ ਦਰਮਿਆਨ ਵਿੱਚ, ਪਿੰਡ ਦੇ ਦਰਮਿਆਨ ਜੋ ਤਖੀਏ ਦੇ ਨਾਲ, ਉੱਥੇ ਦੋ ਤਿੰਨ ਕਿਲੋ ਜਗ੍ਹਾ ਇਕੱਠੀ ਸੀ, ਸਕੂਲ ਦੀ ਵੀ, ਤਖੀਏ ਦੀ ਵੀ ਤੇ ਮਸਜਿਦ ਦੀ ਵੀ। ਅੱਛਾ, ਬੜਾ ਆਲੀਸ਼ਾਨ ਪਿੰਡ ਸੀ ਤੁਹਾਡਾ, ਫਿਰ ਜ਼ਬਰਦਸਤ ਪਿੰਡ ਸੀ। ਤੇਰਾ ਹਿਜ਼ਰ ਮੇਰਾ ਨਸੀਬ ਹੈ, ਤੇਰਾ ਹਿਜ਼ਰ ਮੇਰਾ ਨਸੀਬ ਹੈ, ਤੇਰਾ ਗਮ ਹੀ ਮੇਰੀ ਹਯਾਤ ਹੈ, ਮੁਝੇ ਤੇਰੀ ਦੂਰੀ ਕਾ ਗਮ ਹੋ ਕਿਉਂ, ਮੁਝੇ ਤੇਰੀ ਦੂਰੀ ਕਾ ਗਮ ਹੋ ਕਿਉਂ, ਤੂੰ ਕਹੀਂ ਵੀ ਹੋ ਮੇਰੇ ਸਾਥ ਹੈ, ਮੇਰੇ ਸਾਥ ਹੈ। ਸਫਰੇ ਹਿਜਰਤ ਦੇ ਵਿਊਜ਼ ਨਾਲ ਜਿਸ ਸਫ਼ਰ ਦੀ ਅੱਜ ਸਾਂਝ ਪਾਈ ਜਾ ਰਹੀ ਹੈ ਉਹ ਹੈ ਪਿੰਡ ਚੱਕੋ ਕੀ, ਜਿੱਥੇ ਅਸੀਂ ਤੁਹਾਡੇ ਨਾਲ 1947 ਦੀ ਵੰਡ ਵੇਲੇ ਦੀ ਵੱਡੀ ਮਸਜਿਦ, ਜਿਸ ਨੂੰ ਬਾਦਸ਼ਾਹੀ ਮਸਜਿਦ ਕਹਿੰਦੇ ਸਨ, ਉਹ ਅਤੇ ਸਕੂਲ ਦੀ ਸਾਂਝ ਪਾਉਣ ਜਾ ਰਹੇ ਹਾਂ। ਅਸੀਂ ਪਹੁੰਚ ਚੁੱਕੇ ਹਾਂ ਪਿੰਡ ਚੱਕੋ ਕੀ, ਅਤੇ ਇਹ ਹੈ ਪਿੰਡ ਦੇ ਸੈਂਟਰ ਦੇ ਵਿੱਚ ਸਰਕਾਰੀ ਹਾਈ ਸਕੂਲ ਚੱਕੋ ਕੀ, ਜੋ 1947 ਦੀ ਵੰਡ ਵੇਲੇ ਪ੍ਰਾਇਮਰੀ ਸਕੂਲ ਹੋਇਆ ਕਰਦਾ ਸੀ। ਇਸ ਦੇ ਗੇਟ ਦੇ ਅੰਦਰ ਵੜਦੇ ਸਾਰ ਹੀ ਖੱਬੇ ਹੱਥ ਜੋ ਖੰਡਰ ਨੁਮਾ ਮਸਜਿਦ ਨਜ਼ਰ ਆ ਰਹੀ ਹੈ, ਇਹ ਸੀ 1947 ਦੀ ਵੰਡ ਤੋਂ ਪਹਿਲਾਂ ਵੱਡੀ ਮਸਜਿਦ, ਜਿਸ ਨੂੰ ਬਾਦਸ਼ਾਹੀ ਮਸਜਿਦ ਵੀ ਕਿਹਾ ਜਾਂਦਾ ਸੀ। ਖੰਡਰਾਤ ਹੋਈ ਇਹ ਮਸਜਿਦ ਅੱਜ ਵੀ ਬਹੁਤ ਖੂਬਸੂਰਤ ਨਜ਼ਰ ਆਉਂਦੀ ਹੈ। ਇਸ 'ਤੇ ਕੀਤੀ ਗਈ ਮੀਨਾਕਾਰੀ ਦਿਲ ਨੂੰ ਟੁੰਬਦੀ ਹੈ, ਇਸ 'ਤੇ ਕੀਤੀ ਗਈ ਚਿੱਤਰਕਾਰੀ ਅਤੇ ਲਿਖੀਆਂ ਗਈਆਂ ਇਬਾਰਤਾਂ ਅੱਜ ਵੀ ਆਪਣੀ ਕਹਾਣੀ ਬਿਆਨ ਕਰਦੀਆਂ ਹਨ। ਬੇਸ਼ੱਕ 1947 ਦੀ ਵੰਡ ਤੋਂ ਬਾਅਦ ਦਿਖਾਈ ਗਈ ਨਜ਼ਰਅੰਦਾਜ਼ੀ ਇਸ ਨੂੰ ਖੰਡਰ ਕਰ ਰਹੀ ਹੈ। ਲੋੜ ਹੈ ਪਿੰਡ ਵਾਸੀਆਂ ਨੂੰ ਇਸ ਮਸਜਿਦ ਨੂੰ ਸਾਂਭਣ ਦੀ, ਕਿਉਂਕਿ ਇਹ ਪਿੰਡ ਚੱਕੋ ਕੀ ਦਾ ਇਤਿਹਾਸ ਹੈ ਅਤੇ ਪਿੰਡ ਚੱਕੋ ਕੀ ਦੀ ਸ਼ਾਨ ਹੈ। ਇਹ ਹੈ ਤਕੀਆ ਜਿੱਥੇ ਅੱਜ ਸਕੂਲ ਬਣ ਚੁੱਕਾ ਹੈ। ਇਸ ਬਾਦਸ਼ਾਹੀ ਮਸਜਿਦ ਦਾ ਬਹੁਤ ਸਾਰਾ ਹਿੱਸਾ ਢਹਿ ਚੁੱਕਾ ਹੈ। ਪੁਰਾਤਨ ਗਾਰਡਰ ਅਤੇ ਛੱਤ ਜੋ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ, ਅੰਦਰ ਤੋਂ ਇਹ ਮਸਜਿਦ ਪੂਰੀ ਤਰ੍ਹਾਂ ਢਹਿ ਜਾਣ ਲਈ
ਤਿਆਰ ਹੈ, ਲੋੜ ਹੈ ਇਸ ਨੂੰ ਸਾਂਭਣ ਦੀ। ਕਿਉਂਕਿ ਸਾਂਝੇ ਪੰਜਾਬ ਦੀਆਂ ਆਖਰੀ ਨਿਸ਼ਾਨੀਆਂ ਹਨ। ਇਸ ਦੇ ਅੰਦਰ ਹੀ ਇੱਕ ਪਿੱਪਲ ਦਾ ਰੁੱਖ ਜੋ ਉੱਪਰ ਜਾ ਕੇ ਗੁੰਬਦ ਦੇ ਉੱਪਰੋਂ ਵੀ ਨਜ਼ਰ ਆਉਂਦਾ ਹੈ, ਜੋ ਇਸ ਮਸਜਿਦ ਨੂੰ ਬਹੁਤ ਹੀ ਨੁਕਸਾਨ ਪਹੁੰਚਾ ਰਿਹਾ ਹੈ। ਇਸ ਵੱਡੀ ਮਸਜਿਦ ਦੇ ਨਾਲ ਹੀ ਸਥਿਤ ਹੈ ਇੱਕ ਪੀਰ ਦਾ ਦਰਬਾਰ, ਸ਼ਾਇਦ ਕਿਸੇ ਮੌਲਵੀ ਜਾਂ ਉੱਚ ਦਰਜੇ ਦੇ ਕਿਸੇ ਵਿਅਕਤੀ ਸ਼ਖਸੀਅਤ ਦਾ ਹੋਵੇਗਾ। ਜੇਕਰ ਹਿਜਰਤਕਾਰੀਆਂ ਨੂੰ ਇਸ ਸਥਾਨ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਸ਼ੇਅਰ ਕਰਨ। ਇਸ ਦੇ ਨਾਲ ਹੀ ਸਾਹਮਣੇ ਸਥਿਤ ਹੈ ਤਕੀਆ, ਜਿੱਥੇ ਬਹੁਤ ਹੀ ਵਿਸ਼ਾਲ ਇਹ ਰੁੱਖ ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹ ਸਭ ਕੁਝ ਹੁਣ ਸਰਕਾਰੀ ਹਾਈ ਸਕੂਲ ਦੀ ਹਦੂਦ ਦੇ ਅੰਦਰ ਮੌਜੂਦ ਹੈ। ਉਫ, ਕਿੱਥੇ ਗਏ ਉਹ ਲੋਕ ਜੋ ਇਹਨਾਂ ਮਸਜਿਦ ਮਜ਼ਾਰਾਂ ਵਿੱਚ ਕਦੇ ਨਮਾਜ਼ ਅਦਾ ਕਰਦੇ ਹੋਣਗੇ। ਮਿਲਦੇ ਹਾਂ ਪਿੰਡ ਚੱਕੋ ਕੀ ਦੇ ਅਗਲੇ ਵਲੌਗ ਵਿੱਚ।